ਤੇ ਅੱਜ ਅਸੀਂ ਜਿਹੜਾ ਮੇਨ ਨੌ ਕੌਂਸਟੀਚੁਐਂਸੀਆਂ ਦੇ ਇੱਕ ਹੈੱਡ ਆਫਿਸ ਖੋਲ੍ਹਿਆ ਲੁਧਿਆਣਾ ਫਿਰੋਜ਼ਪੁਰ ਰੋਡ 'ਤੇ, ਉਸਦੀ ਅੱਜ ਖੁੱਲ੍ਹ ਕੇ ਆਪਣਾ ਬਾਬੇ ਦਾ ਆਸ਼ੀਰਵਾਦ ਲਿਆ। ਜਿਹੜੇ ਸਕੂਲ ਆਫ ਐਮੀਨੈਂਸ 117 ਹਲਕਿਆਂ 'ਚ ਖੋਲ੍ਹੇ ਜਾਣੇ ਨੇ, ਉਹਨਾਂ ਵਿੱਚੋਂ 20 ਦੀ ਸ਼ੁਰੂਆਤ ਹੋ ਗਈ ਹੈ ਔਰ ਸਭ ਤੋਂ ਟੌਪ ਮੋਸਟ ਸਕੂਲ ਨੇ ਜਿਹੜੇ ਪੰਜਾਬ 'ਚ ਦਿੱਤੇ ਗਏ ਨੇ। ਇਸ ਤੋਂ ਇਲਾਵਾ ਜਿਹੜੀ ਬਿਜਲੀ ਗਰੰਟੀ ਦੀ ਗੱਲ ਕਰਦੇ ਹਾਂ ਤਾਂ ਸਾਰੀਆਂ ਮਹਿਲਾਵਾਂ ਗ੍ਰਹਿਣੀਆਂ ਪੰਜਾਬ ਦੀਆਂ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਨੇ। ਚੌਥੇ ਸਾਲ ਦੇ ਵਿੱਚ ਅਤੇ 4.5 ਸਾਲ ਕਰਦੇ ਆ, ਅਤੇ ਪਹਿਲੇ ਦਿਨ ਤੋਂ ਹੀ ਕੁਲਵੰਤ ਹੋਰਾਂ ਨੇ ਆਪਣੀ ਜਿਹੜੀ ਹੈਗੀ ਆ ਕਮਰ ਕੱਸ ਲਈ ਸੀ ਔਰ ਉਹਦਾ ਜਿਹੜਾ ਜਿੰਦਾ ਜਾਗਦਾ ਸਬੂਤ ਸਾਨੂੰ ਮਿਲ ਰਿਹਾ ਕਿ ਇਹ ਰੈਲੀ ਦਾ ਰੂਪ ਧਾਰਨ ਕਰ ਰਿਹਾ ਹੈ। ਤਾਂ ਇੱਕ ਸਿਰਫ ਆਪਣਾ ਉਦਘਾਟਨ ਹੈ ਲੇਕਿਨ ਰੈਲੀ ਦਾ ਰੂਪ ਧਾਰਨ ਕਰ ਗਿਆ। ਤੁਸੀਂ ਕਿਸੇ ਨੂੰ ਜ਼ਿਆਦਾ ਸੁਨੇਹ ਵੀ ਨਹੀਂ ਲਾਏ ਪਰ ਉਹਦੇ ਬਾਵਜੂਦ ਇੱਥੋਂ ਦਾ ਇਕੱਠ, ਇਸ ਲੁਧਿਆਣੇ ਦਾ ਇਕੱਠ ਜਿਹੜਾ ਸਾਨੂੰ ਦਿਖਾਈ ਦੇ ਰਿਹਾ। ਬਹੁਤ ਧੰਨਵਾਦ ਗਰਗ ਸਾਹਿਬ ਵੀ, ਤੁਸੀਂ ਜਿਹੜਾ ਮੀਡੀਆ ਹੁੰਦਾ ਤੀਸਰਾ ਸਤੰਭ ਹੁੰਦਾ, ਤੀਸਰੀ ਅੱਖ ਹੁੰਦੀ ਹੈ, ਜਿਹੜੀ ਅੱਖ ਹੈ ਉਹਨੂੰ ਸੱਚ ਬੋਲਣਾ ਚਾਹੀਦਾ। ਤੁਸੀਂ ਇਸ ਗੱਲ ਦੀ ਅੱਜ ਗਵਾਹੀ ਭਰੀ, ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੇ, ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਕੰਮਾਂ 'ਤੇ ਇੱਕ ਪੋਲੇ ਪੋਲੇ ਸੁਨੇਹ ਲੱਗੇ ਤੋਂ ਇਸ ਦਫ਼ਤਰ ਦੀ ਉਦਘਾਟਨ ਦੇ ਵਿੱਚ ਐਡੀ ਵੱਡੀ ਹਾਜ਼ਰੀ, ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕ ਮਨ ਬਣਾ ਚੁੱਕੇ ਨੇ ਕਿ ਜਿਹੜਾ ਅਸ਼ੋਕ ਪਰਾਸ਼ਰ ਪੱਪੀ ਦੇ ਨਾਲ ਨਾਲ 13 ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਜਿਹੜਾ ਪੰਜਾਬ ਦਾ 8,000 ਕਰੋੜ ਰੁਪਈਆ ਕੇਂਦਰ ਦੀ ਸਰਕਾਰ ਦਿੰਦੀ ਨੇ, ਉਹਦੇ ਆਉਣ ਦਾ ਜਿਹੜਾ ਹੈ ਰਸਤਾ ਖੁੱਲ੍ਹੇਗਾ। ਸਰ ਇੱਕ ਬੈਰੀਅਰ ਬਣਨਗੇ ਪੱਪੀ ਜੀ ਉਹਨਾਂ ਦੇ ਵਿੱਚ, ਕਿਸਾਨਾਂ ਦੇ ਵਿੱਚ ਔਰ ਗੌਰਮੈਂਟ ਦੇ ਵਿੱਚ, ਕਿਉਂਕਿ ਹੋਰ ਕੋਈ ਵੀ ਉਸ ਦਿਲ ਦੇ ਨਾਲ ਆਵਾਜ਼ ਨਹੀਂ ਉਠਾਉਂਦਾ ਔਰ ਪੱਪੀ ਇੱਕ ਸਿੰਪਲ ਇਨਸਾਨ ਆ ਜਿਹਨੇ ਪਿਆਰ ਕੀਤਾ ਲੋਕਾਂ ਨੂੰ, ਬਈ ਆਮ ਆਦਮੀ ਪਾਰਟੀ ਵਾਲੇ ਹਲੇ ਵੀ ਆਮ ਹੀ ਆ। ਦੇਖੋ ਮੈਂ ਸਮਝਦਾ ਵੀ ਸਾਡੇ ਸਮੁੱਚੇ MLA ਸਾਹਿਬਾਨ ਆਮ ਘਰਾਂ 'ਚੋਂ ਨਿਕਲੇ ਹੋਏ ਲੋਕ ਨੇ। ਇਹ ਪੱਪੀ ਸ਼੍ਰੀ ਬਾਲਾ ਜੀ ਮਹਾਰਾਜ ਦਾ ਭਗਤ ਹੈ, ਕੁਲਵੰਤ ਸਿੱਧੂ ਬਾਬਾ ਦੀਪ ਸਿੰਘ ਦਾ ਭਗਤ ਹੈ, ਸਾਡਾ ਤਾਂ ਕੰਮ ਹੀ ਸੇਵਾ ਦਾ। ਜੇ ਸੇਵਾ ਕਰੇਂਗੇ ਤਾਂ ਜਿੱਥੇ ਇੱਥੋਂ ਵੀ ਮਾਣ ਮਿਲੂਗਾ ਉੱਥੇ ਵੀ ਮਾਣ ਮਿਲੂਗਾ, ਕਿਉਂਕਿ ਆਪਾਂ ਬਾਣੀ 'ਚ ਪੜ੍ਹਦੇ ਨਾ, ਸੇਵਾ ਕਰਤ ਹੋਤ ਨਹਿ ਕਾਮੀ ਕਿਸ ਕੋ ਹੋਤ ਪ੍ਰਾਪਤ ਸਵਾਮੀ। ਸਵਾਮੀ ਵੀ ਮਿਲ ਜਾਣਾ, ਲੋਕਾਂ ਦੀਆਂ ਅਸੀਸਾਂ ਵੀ ਮਿਲ ਜਾਣੀਆਂ, ਅਤੇ ਮੈਂ ਕਹਿੰਦਾ ਵੀ ਸਾਡਾ ਜਿਹੜਾ ਜਨਮ ਹੈ ਸਭ। ਦੇਖੋ ਮੈਂ ਸਮਝਦਾ ਵੀ ਜਦੋਂ ਅੱਗੇ ਜਦੋਂ ਮੇਰੀ ਇਲੈਕਸ਼ਨ ਹੋਈ ਆ, ਮੈਂ MLA ਬਣਿਆ, ਲੋਕਾਂ ਨੇ ਸੇਵਾਦਾਰ ਬਣਾਇਆ, ਲੋਕ MLA ਕਹਿੰਦੇ ਮੈਂ ਸੇਵਾਦਾਰ ਕਹਿੰਦਾ। ਉਦੋਂ ਅਸੀਂ ਘਰ ਦੇ 4 ਜੀ ਸੀ, ਮੈਂ ਸੀ ਅਤੇ ਮੇਰੇ 2 ਬੇਟੇ ਸੀ, ਅਤੇ ਹੁਣ ਜਿਹੜਾ ਮੇਰਾ ਹਲਕਾ ਉਹ ਮੇਰਾ ਪਰਿਵਾਰ ਹੈ, ਮੇਰਾ ਪਰਿਵਾਰ ਦੀ ਹਰੇਕ ਖੁਸ਼ੀ ਹਰੇਕ ਗਮੀ ਵਿੱਚ ਸ਼ਰੀਕ ਹੋਣਾ ਮੇਰਾ ਫਰਜ਼ ਹੈ। ਤੁਸੀਂ ਗੱਲ ਜਨਮਦਿਨ ਦੀ ਕਰੀ ਹੈ, ਮੈਂ ਸਮਝਦਾ ਵੀ ਪੂਰੇ ਹਲਕੇ ਦੇ ਵਿੱਚ ਬਿਹਾਰਗਾ ਮਾਹੌਲ ਹੁੰਦਾ, ਅਤੇ ਮੈਂ ਆਪਣੇ ਸਮੁੱਚੇ ਵਲੰਟੀਅਰ ਸਾਹਿਬਾਨ ਦਾ, ਆਪਣੇ ਹਲਕੇ ਦੇ ਵੋਟਰਾਂ ਦਾ ਦੇਣਾ ਨਹੀਂ ਦੇ ਸਕਦਾ ਕਿ ਜਿਹੜੇ ਇੰਨੀ ਵੱਡੀ ਗਿਣਤੀ ਢੋਲ ਨਗਾਰੇ ਲੈ ਕੇ ਮੈਨੂੰ ਵਧਾਈ ਦੇਣ ਆਉਂਦੇ ਨੇ, ਅਤੇ ਮੈਂ ਉਹਨਾਂ ਦਾ ਸਦਾ ਰਿਣੀ ਰਹੂੰਗਾ ਅਤੇ ਵਚਨਬੱਧ ਹਾਂ ਕਿ ਤੁਹਾਡੇ ਹਲਕੇ ਦੀ ਸੇਵਾ ਦੇ ਵਿੱਚ ਕੋਈ ਕਸਰ ਨਹੀਂ ਛੱਡੂਗਾ। ਸਰ ਇੱਕ ਆਮ ਆਦਮੀ ਹੈ ਜਿਹੜਾ ਜਿਹੜਾ ਐਵਰੇਜ ਆਦਮੀ ਸੀਗਾ, ਉਹਨੂੰ ਬਿਜਲੀ ਫਰੀ, ਉਹਨੂੰ ਮੈਡੀਕਲ ਸਹੂਲਤਾਂ, ਉਹਨੂੰ ਐਜੂਕੇਸ਼ਨ, ਕੀ ਕਹਿਣਾ ਚਾਹੋਗੇ ਕਿ 3 ਚੀਜ਼ਾਂ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਨਿਭਾ ਕੇ ਅੱਜ ਹਰੇਕ ਬੰਦਾ ਆਪਦੇ ਆਪ ਨੂੰ ਸਟ੍ਰੇਟ ਮਹਿਸੂਸ ਕਰ ਰਿਹਾ, ਉਹਦੇ 'ਤੇ ਬੋਝ ਕੋਈ ਨਹੀਂ, ਆਰਾਮ ਨਾਲ ਸੌਂਦੇ ਆ, ਇਹ ਕਰੀ ਜਾਂਦੇ, ਆਉਣ ਨਹੀਂ ਹੋਣਾ, ਆਉਣ ਨਹੀਂ ਹੋਣਾ ਉਹਦੀ ਪਤਾ ਲੱਗਣਾ ਜਦੋਂ ਮੋਹਰ ਲੱਗ ਜਾਣੀ ਆ। ਦੇਖੋ ਗਰਗ ਸਾਹਿਬ, ਜਦੋਂ ਲੋਕ ਸਭਾ ਦਾ ਬਿਗਲ ਵੱਜਿਆ, ਸਾਡੇ ਮਨ 'ਤੇ ਸਰਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ 'ਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਗੱਲ ਸੀਗਾ ਵੀ ਇੱਕ ਵਾਅਦਾ ਜਿਹੜਾ ਅਸੀਂ ਅਜੇ ਪੂਰਾ ਨਹੀਂ ਕਰਿਆ, ਚਾਹੇ ਸਾਡੇ ਕੋਲ 3 ਸਾਲ ਦਾ ਸਮਾਂ ਹੈਗਾ, ਪਰ ਇੱਕ ਕਿਤੇ ਨਾ ਕਿਤੇ ਮਨ 'ਤੇ ਜਿਵੇਂ ਬੋਝ ਕਹਿੰਦੇ ਸੀਗਾ ਵੀ ਭੈਣਾਂ ਦਾ ਮਾਤਾਵਾਂ ਦਾ 1,000 ਰੁਪਏ ਦਿੱਤਾ, ਅਤੇ ਮਾਨ ਸਾਹਿਬ ਨੇ ਆਪਣੀ ਤਕਰੀਰ ਵਿੱਚ ਮਾਤਾਵਾਂ ਭੈਣਾਂ ਤੋਂ ਜਦੋਂ ਪੁੱਛਿਆ
ਤਾਂ ਮਨ ਨੂੰ ਖੁਸ਼ੀ ਹੋਈ ਜਦੋਂ ਉਹਨਾਂ ਨੇ ਕਿਹਾ ਵੀ ਜਦੋਂ ਸਾਡਾ ਬਿਜਲੀ ਦਾ ਚਾਰ ਚਾਰ ਪੰਜ ਪੰਜ ਹਜ਼ਾਰ ਰੁਪਈਆ ਪੈ ਗਿਆ, ਸਾਡੇ ਘਰ 3-4 ਹਜ਼ਾਰ ਦੀ ਬੱਚਤ ਹੋ ਗਈ, 1,000 ਰੁਪਈਆ ਜਦੋਂ ਤੁਹਾਡੇ ਕੋਲ ਹੋਊਗਾ ਉਦੋਂ ਦੇ ਦਿਓ। ਅਤੇ ਤੁਹਾਡੇ ਮਾਧਿਅਮ ਨੂੰ ਮੈਂ ਦੱਸਣਾ ਵੀ ਚਾਹੁੰਦਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜਿਹੜੇ ਸਾਡੇ ਰਾਸ਼ਟਰੀ ਸੁਪਰੀਮੋ ਨੇ, ਉਹਨਾਂ ਨੂੰ ਜੇਲ੍ਹ 'ਚ ਡੱਕਣ ਦਾ ਵੀ ਇਹੀ ਕਾਰਨ ਹੈ, ਕਿਉਂਕਿ ਪਲੈਨਿੰਗ ਬਣ ਚੁੱਕੀ ਸੀ ਇਸ ਲੋਕ ਸਭਾ ਤੋਂ ਪਹਿਲਾਂ ਹੀ 1,000 ਰੁਪਈਆ ਜਿਹੜਾ ਮਹਿਲਾਵਾਂ ਦੇ ਖਾਤੇ ਪੈਣਾ ਸੀ। ਅਤੇ ਉਹਨਾਂ ਨੇ ਇਹ ਗੱਲ ਸਮਝੀ ਵੀ ਅਗਰ 1,000-1,000 ਰੁਪਈਆ ਇਹ ਪਾ ਗਏ ਤਾਂ ਮਤਾਵਾਂ ਪੈਣਾ ਜਿਹੜੀਆਂ ਪੰਜਾਬ ਦੀਆਂ ਮਾਈ ਭਾਗੋ ਦੀਆਂ ਔਲਾਦ ਨੇ ਉਹ ਜਦੋਂ ਵੋਟ ਕੋਈ ਮੰਗਣ ਆਇਆ ਕਰੂ ਤੋਂ ਡੰਡਾ ਮਾਰਿਆ ਕਰਨਗੇ ਵੀ ਸਾਡੇ ਘਰੇ ਨਾ ਬੜੇ ਹੋਏ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਸਰਦਾਰ ਭਗਵੰਤ ਸਿੰਘ ਮਾਨ ਕਿੱਤੇ ਵਜੋਂ ਇੱਕ ਵੱਡੇ ਕਲਾਕਾਰ ਨੇ, ਜਿਹੜਾ ਕਲਾਕਾਰ ਹੁੰਦਾ ਉਹਨੇ ਬੜੀਆਂ ਧੁੱਪਾਂ ਛਾਵਾਂ ਦੇਖੀਆਂ ਹੁੰਦੀਆਂ, ਉਹਨੂੰ ਪਤਾ ਹੁੰਦਾ ਵੀ ਇੱਥੇ ਕਿਹੜਾ ਸਾਜ਼ ਫਿੱਟ ਕਰੂੰਗਾ, ਇੱਥੇ ਕਿਹੜੀ ਤਰਜ਼ ਕੰਮ ਕਰੂਗੀ। ਇਸ ਲਈ ਜਿਵੇਂ ਕਹਿੰਦਾ ਵੀ ਜੱਟ 7 ਪਤਨਾਂ ਦਾ ਤਾਰੂ ਹੈ, ਸਾਰੀਆਂ ਜੰਗਾਲਾਂ ਲਾ ਕੇ ਛੱਡੂਗਾ, ਛੱਡਦਾ ਕੋਈ ਨਹੀਂ, ਕੋਈ ਵੀ ਜੰਗਾਲ ਰਹਿਣ ਨਹੀਂ ਦੇਊਗਾ। ਅਤੇ ਅਸੀਂ ਉਹਦੇ ਸਿਪਾਹੀ ਖੜ੍ਹੇ ਹਾਂ, ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ, ਜੋ ਹੁਕਮ ਦੇਣਗੇ ਉਹਦੀ ਪਾਲਣਾ ਕਰਾਂਗੇ। ਆਹ 13-0 ਦਾ ਨਾਰਾ ਦਿੱਤਾ ਉਹਨਾਂ ਨੇ ਅਤੇ ਸਾਡੇ ਵਲੰਟੀਅਰ ਪੱਬਾਂ ਭਾਰ ਨੇ ਦਿਨ ਰਾਤ ਕੀਤੀ ਹੋਈ ਹੈ 13-0 ਦਾ ਨਾਰਾ ਬੁਲੰਦ ਕਰਕੇ ਹਟਾ। 2.5 ਸਾਲ ਹੋ ਚੁੱਕੇ ਆ, 2.5 ਸਾਲਾਂ ਦੇ ਵਿੱਚ ਹੁਣ ਹੌਲੀ ਹੌਲੀ ਅਫਸਰਾਂ ਨੇ ਵੀ ਸਮਝ ਲਿਆ ਵੀ ਨਹੀਂ ਯਾਰ ਇਹ ਤਾਂ ਹੁਣ ਸਾਨੂੰ ਮਿਹਨਤਾਂ ਕਰਨੀਆਂ ਹੀ ਪੈਣੀਆਂ, ਸਾਨੂੰ ਉਹਨਾਂ ਦੇ ਅਕੋਰਡਿੰਗਲੀ ਚੱਲਣਾ ਪੈਣਾ ਔਰ ਇਮਾਨਦਾਰੀ ਦੇ ਨਾਲ ਹੀ ਕੰਮ ਕਰਨੇ ਪੈਣੇ ਆ। ਜਿਸ ਤਰੀਕੇ ਦੇ ਨਾਲ ਹਰੇਕ ਬੰਦਾ ਜਿਹੜਾ ਆਮ ਬੰਦਾ ਜਦੋਂ ਹੋਸਪਿਟਲਾਂ ਜਾਂਦਾ ਜਦੋਂ ਕਿਤੇ ਜਾਂਦਾ ਉਹਨੂੰ ਬੜਾ ਰਿਲੀਫ ਹੋਇਆ ਹੈਗਾ ਔਰ ਆਉਣ ਵਾਲੇ ਸਮੇਂ 'ਚ ਹੋਰ ਰਿਲੀਫ ਜਿਹੜੇ ਵਧਣਗੇ। ਦੇਖੋ ਅਫਸਰ ਜਿਹੜੇ ਨੇ ਉਹ ਵੀ ਸਾਡੇ ਪਰਿਵਾਰਕ ਮੈਂਬਰ ਨੇ, ਸਾਡੇ ਧੀਆਂ ਪੁੱਤ ਨੇ। ਪਹਿਲੇ ਦਿਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਮੇਰਾ ਇੱਕੋ ਇੱਕ ਨਾਰਾ ਇਮਾਨਦਾਰੀ। ਤੁਸੀਂ ਪੋਸਟਿੰਗ ਜਿਹੜੀ ਮਰਜ਼ੀ ਲੈ ਲਓ, ਅੱਗੇ ਲੁਧਿਆਣੇ ਦੀ ਗੱਲ ਕਰਾਂ ਮੈਂ, ਵੱਡੇ ਸ਼ਹਿਰਾਂ ਦੀ ਗੱਲ ਕਰਾਂ, ਉੱਥੇ ਪੁਲਿਸ ਕਮਿਸ਼ਨਰ DC ਲੱਗਣ ਦੀਆਂ ਤੁਹਾਨੂੰ ਪਤਾ ਹੀ ਹੈ ਵੀ ਗਰਗ ਸਾਹਿਬ ਤੁਸੀਂ ਵੀ ਸਾਰੀਆਂ ਧੁੱਪਾਂ ਛਾਵਾਂ ਦੇਖੀਆਂ, ਕਿੰਨਾ ਪੈਸਾ ਲੱਗਦਾ ਸੀ। ਕੋਈ ਵੀ ਇੱਕ ਪੰਜਾਬ ਦਾ ਅਫਸਰ ਬਾਂਹ ਖੜੀ ਕਰਕੇ ਕਹੇ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਵੀ ਪੈਸਾ ਪੋਸਟਿੰਗ ਦਾ ਲਿਆ ਤਾਂ ਮੈਂ ਸਮਝਦਾ ਵੀ ਜੋ ਸਜ਼ਾ ਇੱਕ ਗੁਨਾਹਗਾਰ ਦੀ ਹੋਊ ਸਾਡੀ ਹੋਊਗੀ। ਪਰ ਉਹਨਾਂ ਨੂੰ ਇਹ ਕਹਿ ਕੇ ਭੇਜਦੇ ਨੇ ਮਾਨ ਸਾਹਿਬ ਵੀ ਕੰਮ ਇਮਾਨਦਾਰੀ ਨਹੀਂ ਕਰਿਓ, ਜੇ ਕੋਈ ਬੇਈਮਾਨੀ ਫੜ ਲਈ ਕੋਈ ਲਾਂਭਾ ਲੈ ਲਿਆ ਕਦੇ ਵੀ ਬਖਸ਼ੂੰਗਾ ਨਹੀਂ, ਸਿੱਧਾ ਘਰ ਭੇਜੂੰਗਾ। ਇਸ ਗੱਲ ਲਈ ਪੰਜਾਬ ਦੇ ਅਫਸਰ ਸਾਡਾ ਸਾਥ ਵੀ ਦੇ ਰਹੇ ਨੇ, ਇਮਾਨਦਾਰੀ ਜਿਹੜੀ ਹੈ ਉਹਦਾ ਵੀ ਸਾਰਾ ਵੱਡੇ ਥੋੜ੍ਹੀ ਥੋੜ੍ਹੀ ਹੌਲੀ ਹੌਲੀ ਹੋ ਰਿਹਾ ਅਤੇ ਮੈਂ ਆਸ ਕਰਦਾ ਵੀ 1-2 ਸਾਲਾਂ ਦੇ ਵਿੱਚ ਇਹਨਾਂ ਨੂੰ ਪੂਰੀ ਆਦਤ ਪੈ ਜੂ ਅਤੇ ਪੰਜਾਬ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਰੰਗਲਾ ਪੰਜਾਬ ਉਹ ਜ਼ਰੂਰ ਬਣੇ। ਪੱਪੀ ਬਾਈ ਮੇਰੇ ਹਲਕੇ 'ਚ ਕੱਲ੍ਹ ਆਏ ਸੀ ਤਾਂ ਉਹਨਾਂ ਨੇ ਵੱਡੀ ਗਿਣਤੀ ਵਿੱਚ ਇਹਨਾਂ ਨੂੰ ਰੱਥ ਦੇ ਵਿੱਚ ਅਸੀਂ ਬਿਠਾ ਕੇ ਲੈ ਕੇ ਗਏ, ਰੱਥ ਦਾ ਸਾਰਥੀ ਮੈਂ ਬਣਿਆ, ਮੂਹਰੇ ਘੋੜੇ ਜੋੜੇ ਵੇ ਸੀ। ਉਹ ਜਦੋਂ ਸਟੇਜ 'ਤੇ ਲੈ ਕੇ ਗਏ ਪੱਪੀ ਬਾਈ ਨੇ ਆਪਣੇ ਭਾਸ਼ਣ 'ਚ ਹੀ ਕਿਹਾ ਬਈ ਆਹ ਹਲਕੇ ਦੇ MLA ਦੇ ਨਾਲ ਨਾਲ ਕੁਲਵੰਤ ਸਿੱਧੂ ਇਸ ਹਲਕੇ ਦਾ MP ਵੀ ਹੈ। ਇੱਦੂ ਵੱਡੀ ਯਾਰ ਕੀ ਖੁਸ਼ੀ ਹੁੰਦੀ ਹੈ, ਜਦੋਂ ਚੈੱਕ ਬੁੱਕ ਹੀ ਮੇਰੇ ਕੋਲ ਹੋਊਗੀ ਤਾਂ ਮੈਂ MP ਕਿਉਂ ਨਹੀਂ, ਪਬਲਿਕ ਕਿਉਂ ਨਹੀਂ ਬਣਾਊਗੀ। ਅਤੇ ਵੱਡੀ ਗਿਣਤੀ ਕੰਮ ਹੋਣਗੇ। ਵੈਸੇ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਖਜ਼ਾਨਾ ਐਸਾ ਜਿਹੜਾ ਕਦੇ ਖਾਲੀ ਨਹੀਂ ਹੁੰਦਾ। ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਮੇਰੇ ਕੋਲ ਪੈਸਾ ਹੈ ਨਹੀਂ, ਉਹ ਕਹਿੰਦੇ ਆਓ ਲਿਆਓ ਜੋ ਪੈਸਾ ਚਾਹੀਦਾ ਲੈ ਜਾਓ, ਪਰ ਹਲਕੇ ਦਾ ਵਿਕਾਸ ਦੇ ਵਿੱਚ ਕੋਈ ਕਸਰ ਨਾ ਛੱਡੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਸੇ ਤਾਂ ਆਮ ਆਦਮੀ ਪਾਰਟੀ ਦੇ ਜੋ 2 ਸਾਲਾਂ 'ਚ ਕੀਤੇ ਹੋਏ ਕੰਮ ਨੇ ਉਹ ਮੈਂ ਕਹਿੰਦੀ ਹਾਂ ਸ਼ਾਇਦ ਬਿਆਨ ਨਹੀਂ ਕੀਤੇ ਜਾ ਸਕਦੇ, ਇੰਨੇ ਇਤਿਹਾਸਿਕ ਕੰਮ 2 ਸਾਲਾਂ ਦੇ ਵਿੱਚ ਕੀਤੇ ਗਏ ਨੇ ਜਿਹੜੇ ਕਿ ਪਿਛਲੀਆਂ ਸਰਕਾਰਾਂ 20 ਸਾਲਾਂ 'ਚ ਨਹੀਂ ਕਰ ਸਕੀਆਂ। ਜੇ ਆਪਾਂ ਗੱਲ ਕਰੀਏ ਐਮੀਨੈਂਸ ਦੀ, ਸਕੂਲ ਆਫ ਐਮੀਨੈਂਸ ਦੀ ਜਾਂ ਸਕੂਲਾਂ ਦੇ ਵਿੱਚ ਹੋਈ ਤਰੱਕੀ ਦੀ, ਤਾਂ ਉਹ ਇੱਕਦਮ ਲਾਜਵਾਬ ਆ। ਸਕੂਲਾਂ ਦੇ ਵਿੱਚ ਹੁਣ ਉਹ ਫਰਨੀਚਰ ਪਹਿਲੇ ਵਾਲਾ ਨਹੀਂ ਰਹਿ ਗਿਆ ਆ, ਹੁਣ ਉੱਥੇ ਜਿਹੜੇ ਟੀਚਰਸ ਨੇ ਬਹੁਤ ਵਧੀਆ ਨੇ। ਅਤੇ ਈਵਨ ਜਿਹੜੇ ਸਕੂਲ ਆਫ ਐਮੀਨੈਂਸ 117 ਹਲਕਿਆਂ 'ਚ ਖੋਲ੍ਹੇ ਜਾਣੇ ਨੇ ਉਹਨਾਂ ਵਿੱਚੋਂ 20 ਦੀ ਸ਼ੁਰੂਆਤ ਹੋ ਗਈ ਹੈ, ਔਰ ਸਭ ਤੋਂ ਟੌਪ ਮੋਸਟ ਸਕੂਲ ਨੇ ਜਿਹੜੇ ਪੰਜਾਬ
ਪ੍ਰਾਪਤ ਦਿੱਤੇ ਗਏ ਨੇ। ਇਸ ਤੋਂ ਇਲਾਵਾ ਜਿਹੜੀ ਬਿਜਲੀ ਗਰੰਟੀ ਦੀ ਗੱਲ ਕਰਦੇ ਹਾਂ ਤਾਂ ਸਾਰੀਆਂ ਮਹਿਲਾਵਾਂ ਗ੍ਰਹਿਣੀਆਂ ਪੰਜਾਬ ਦੀਆਂ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ ਨੇ ਅਤੇ ਉਤਸ਼ਾਹਿਤ ਨੇ ਅਤੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਵਾਸਤੇ ਤਿਆਰ ਬਰ ਤਿਆਰ ਖੜੀਆਂ ਨੇ। ਰੈਲੀ ਦਾ ਰੂਪ ਉਹਨੇ ਧਾਰਨ ਕਰ ਲਿਆ ਔਰ ਹਜ਼ਾਰਾਂ ਦੀ ਗਿਣਤੀ। ਦੇਖੋ ਇਹ ਗੁਰੂ ਮਹਾਰਾਜ ਦਾ ਆਸ਼ੀਰਵਾਦ ਆ ਸੱਚੇ ਪਾਤਸ਼ਾਹ ਦਾ, ਅੱਜ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਵਾ, ਇਹ ਮਾਲਕ ਦੀ ਕਿਰਪਾ ਵਾ। ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਆ, ਲੋਕਾਂ ਦਾ ਸੇਵਾਦਾਰ ਬਣ ਕੇ ਕੰਮ ਕਰਨਾ ਵਾ, ਪਹਿਲਾਂ ਵੀ ਕੀਤਾ ਹੁਣ ਵੀ ਕਰਨਾ। ਕੰਮ ਦੇ ਆਧਾਰ 'ਤੇ ਸੀਟਾਂ ਮੰਗੀਆਂ ਜਾਂਦੀਆਂ ਨੇ, ਐਵੇਂ ਬਿਨਾਂ ਕੰਮ ਤੋਂ ਇਹ ਥੋੜ੍ਹਾ ਲੋਕਾਂ ਦਾ ਕੰਮ ਨਾ ਕੀਤਾ ਹੋਵੇ ਜਾ ਕੇ ਵੋਟਾਂ ਪਾ ਦਿਉ। ਵੋਟਾਂ ਪੈਂਦੀਆਂ ਨੇ ਕੰਮ ਦੇ ਆਧਾਰ 'ਤੇ, ਲੋਕਾਂ ਦਾ ਕੰਮ ਕੀਤਾ, ਸੇਵਾ ਕੀਤੀ ਆ, ਸੇਵਾ ਕਰਾਂਗੇ। ਕਿਉਂਕਿ ਅੱਜ ਦਾ ਜਿਹੜਾ ਸੀਗਾ ਤਾਂ ਉਦਘਾਟਨ ਦਫ਼ਤਰ ਦਾ, ਪਰ ਇਉਂ ਲੱਗ ਰਿਹਾ ਬਹੁਤ ਵੱਡੀ ਰੈਲੀ ਹੋਵੇ, ਇੰਨਾ ਰਸ਼, ਕੀ ਕਹਿਣਾ ਚਾਹੋਗੇ? ਸਰ ਅੱਜ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਲੁਧਿਆਣਾ ਲੋਕ ਸਭਾ ਦਾ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਹੋਇਆ। ਤੁਸੀਂ ਦੇਖ ਸਕਦੇ ਹੋ ਸਾਰਾ ਲੁਧਿਆਣਾ ਪੱਬਾ ਪਾਰ ਹੋ ਕੇ ਆਮ ਆਦਮੀ ਪਾਰਟੀ ਦੇ ਨਾਲ ਖੜਾ ਹੈ ਅਤੇ ਇੱਥੋਂ ਗੁਰੂ ਸਾਹਿਬ ਦਾ ਆਸ਼ੀਰਵਾਦ ਲਿੱਤਾ ਅਤੇ ਹੁਣ ਜਿਹੜੀ ਆਪਣੀ ਚੋਣ ਪ੍ਰਚਾਰ ਹੈ ਉਹਨੂੰ ਦੁੱਗਣੀ ਤਿਗਣੀ ਸਪੀਡ ਤੋਂ ਕੱਲ੍ਹ ਤੋਂ ਸ਼ੁਰੂ ਕਰਕੇ ਆਪਣੇ ਕੰਮ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ। ਕੀ ਕਹਿਣਾ ਚਾਹੋਗੇ ਕਿ ਪਾਪਾ ਨੇ ਹਮੇਸ਼ਾ ਬਹੁਤ ਹੀ ਪੋਜ਼ਿਟਿਵਿਟੀ ਰੱਖੀ ਹੈ ਔਰ ਉਹੀ ਨਰਮੀ, ਉਹੀ ਸਿੰਪਲਿਸਿਟੀ, ਔਰ ਆਉਣ ਵਾਲੇ ਸਮੇਂ ਦੇ ਵਿੱਚ MLA ਬਣ ਕੇ ਵੀ ਉਹਨਾਂ ਨੇ ਪੂਰਾ ਪਿਆਰ ਕੀਤਾ ਲੋਕਾਂ ਨੂੰ, ਕਿਉਂਕਿ ਆਮ ਤੌਰ 'ਤੇ ਲੋਕਾਂ ਦਾ ਥੋੜ੍ਹਾ ਜਿਹਾ ਲਾਂਭਾ ਰਹਿੰਦਾ ਸੀਗਾ ਵੀ ਨਹੀਂ ਲੋਕ ਪਿਆਰ ਕਰਦੇ, ਪਰ ਪੱਪੀ ਭਾਈ ਨੇ ਹਰੇਕ ਨੂੰ ਪਿਆਰ ਕੀਤਾ ਅਤੇ ਆਉਣ ਵਾਲੇ ਸਮੇਂ 'ਚ MP ਵੀ ਬਣ ਕੇ ਵੀ ਉਵੇਂ ਹੀ ਰਹੂ। ਸਰ ਦੇਖੋ ਉਹਨਾਂ ਦਾ ਸਭ ਦੇ ਆਪਣੇ ਆਪਣੇ ਮਕਸਦ ਹੁੰਦੇ, ਰਵਾਇਤੀ ਪਾਰਟੀਆਂ ਦੇ ਹੋਰ ਮਕਸਦ ਸੀਗੇ, ਸਾਡੇ ਮਕਸਦ ਹੈ ਸੇਵਾ ਕਰਨਾ, ਰਾਜਨੀਤੀ ਕਰਨਾ ਇੱਕ ਦੂਜੀ ਚੀਜ਼ ਆ। ਪਹਿਲਾਂ ਅਸੀਂ ਲੋਕਾਂ ਦੀ ਸੇਵਾ ਕਰਨੀ ਆ, ਸਾਨੂੰ ਐਵੇਂ ਜਿਹੜੀ ਲੋਕਾਂ ਦਾ ਅਸੀਂ ਮਤ ਦਾ ਦਾਨ ਲੈਂਦੇ ਹਾਂ ਜੇ ਉਹਨਾਂ ਦੀ ਵਾਪਸੀ ਅਸੀਂ ਸੇਵਾ ਦੇ ਥਰੂ ਕਰ ਦਈਏ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ। ਇਸ ਕਰਕੇ ਸਾਡਾ ਮਕਸਦ ਸੇਵਾ ਕਰਨਾ, ਸੇਵਾ ਹੀ ਕਰਨੀ ਆ। ਪਹਿਲਾਂ 2 ਸਾਲ ਹੋ ਗਏ ਹਲਕਾ ਸੈਂਟਰਲ ਦੀ ਸੇਵਾ ਕਰ ਰਹੇ ਹਾਂ, ਜੇ ਹੁਣ ਗੁਰੂ ਸਾਹਿਬ ਚਾਹਣਗੇ ਸਾਰੇ ਲੁਧਿਆਣੇ ਦੀ ਸੇਵਾ ਕਰਾਂਗੇ। ਕੀ ਕਹਿਣਾ ਚਾਹੋਗੇ ਕਿ ਬੜਾ ਵੱਡਾ ਹੰਗਾਰਾ ਮਿਲ ਰਿਹਾ ਹੈਗਾ ਔਰ ਭਗਵੰਤ ਮਾਨ ਜਿਨ੍ਹਾਂ ਨੇ 300 ਜਿਹੜਾ ਯੂਨਿਟਾਂ ਦੀ ਬਿਜਲੀ ਦੇ ਯੂਨਿਟਾਂ ਦੀ ਗੱਲ ਸੀਗੀ ਉਹਦੇ ਨਾਲ ਔਰ ਇਹੋ ਜਿਹੀ ਐਜੂਕੇਸ਼ਨ ਦੇ ਨਾਲ ਜਿਹੜੀ ਕਿ ਵਰਲਡ ਕਲਾਸ ਬਣ ਰਹੀ ਹੈਗੀ ਆ ਪੰਜਾਬ ਦੀ ਐਜੂਕੇਸ਼ਨ? ਸਰ ਦੇਖੋ ਜੀ, ਅਸੀਂ ਆਪਣੇ ਕੰਮ ਲੈ ਕੇ ਪਬਲਿਕ 'ਚ ਜਾ ਰਹੇ ਹਾਂ, 600 ਯੂਨਿਟ ਫ੍ਰੀ, ਸਕੂਲ ਆਫ ਐਮੀਨੈਂਸ, ਮੁਹੱਲਾ ਕਲੀਨਿਕ, ਸਾਡੇ 2 ਸਾਲ ਦੇ ਕੰਮ ਨੂੰ ਰਵਾਇਤੀ ਪਾਰਟੀਆਂ ਦੇ 70 ਸਾਲ ਦੇ ਕੰਮਾਂ ਨਾਲ ਕੰਪੇਅਰ ਕਰ ਲਓ ਤਾਂ ਵੀ ਕੋਈ ਨੇੜੇ ਤੇੜੇ ਮੇਲ ਨਹੀਂ ਹੈਗਾ। ਅਸੀਂ ਕੰਮ ਦੇ ਆਧਾਰ 'ਤੇ ਵੋਟਾਂ ਮੰਗਣ ਜਾਵਾਂਗੇ ਅਤੇ ਲੋਕ ਸਾਨੂੰ ਕੰਮ ਦੇ ਆਧਾਰ 'ਤੇ ਵੋਟਾਂ ਪਾਉਣਗੇ। ਵੱਡੇ ਵਿਟਾਮਿਨ ਮਿਲ ਰਹੇ ਆ ਸਾਰੇ ਪਾਸੇ, ਹੁਕਮ ਕਰੋ ਵੱਡੇ ਵਿਟਾਮਿਨ ਦੇ ਲਓ, ਸਾਡੇ ਆ ਮਲਟੀ ਡੋਜ਼ ਖੜੇ ਤਾਂ ਹੈ ਲੋਕ। ਵਿਟਾਮਿਨ ਮਿਲ ਰਹੇ ਆ ਨਾ ਪੂਰੇ? ਬਿਲਕੁਲ ਬਿਲਕੁਲ ਮਿਲ ਰਹੇ ਆ, ਪੂਰੇ ਸਪੋਰਟ ਆ ਸਾਰੇ ਸ਼ਹਿਰ ਦੀ, ਸਾਨੂੰ ਕੋਈ ਐਸੀ ਗੱਲ ਨਹੀਂ। ਉਵੇਂ ਲੋਕਾਂ ਦੇ ਸੇਵਾਦਾਰ ਹੋ ਕੇ ਜਿਵੇਂ ਪਹਿਲਾਂ ਜਿਹੜੇ ਹੈਗੇ ਆ 2.5 ਸਾਲ ਨਿਕਾਲੇ ਹੈਗੇ ਆ, ਅਗਰ MP ਦਾ ਆ ਜਾਂਦਾ ਤਾਂ ਉਹ 5 ਸਾਲ ਵੀ ਉਵੇਂ ਸਵਾਦ ਦੇਣਗੇ ਲੋਕਾਂ ਨੂੰ? ਸ਼ਾਇਦ ਉਸ ਤੋਂ ਵੱਧ ਦੇਵਾਂਗੇ, ਕਿਉਂਕਿ ਪਾਵਰ ਵੱਧ ਚੁੱਕੀ ਨਾ ਸਾਡੇ ਭਰਾ ਦੀ, ਅਤੇ ਸਾਡੀ ਆਪਣੇ ਆਟੋਮੈਟਿਕਲੀ ਵੱਧ ਜਾਣੀ ਹੈ, ਇੰਟਰਕਨੈਕਟੀਵਿਟੀ ਹੁੰਦੀ ਹੈ ਹਰ ਚੀਜ਼ ਦੀ। ਅਤੇ ਸਾਡੇ 99 MLA 'ਚ ਇੱਕ ਬੰਦਾ MP ਬਣ ਕੇ ਜਾ ਰਿਹਾ, ਓਬਵੀਅਸਲੀ ਸਾਡੇ ਲੁਧਿਆਣੇ ਦੇ ਜਿਹੜੇ 9 ਹਲਕੇ ਆ ਉਹਨਾਂ ਦਾ ਨੁਹਾਰ ਬਦਲਾਂਗੇ ਨਾ ਰਲ ਕੇ ਸਾਰੇ ਭਰਾ। ਔਰ ਕਿਸਾਨਾਂ ਲਈ ਇੱਕ ਬੈਰੀਅਰ ਬਣੂਗਾ, ਕਿਉਂਕਿ ਅੱਜ ਕਿਸਾਨ ਜਿਹੜੇ ਹੈਗੇ ਆ ਬਰੂਹਾਂ 'ਤੇ ਬੈਠੇ ਹੈਗੇ ਆ, ਬੜੀ ਪ੍ਰੋਬਲਮ ਵਾਲਾ ਸਿਸਟਮ ਹੈਗਾ, ਲੇਕਿਨ ਉਹਨਾਂ ਦੇ ਵਿੱਚ ਇੱਕ ਇੰਟਰਮੀਡੀਏਟਰ ਬਣ ਕੇ ਮਿਹਨਤ ਕਰਕੇ ਉਹਨਾਂ ਨੂੰ ਵੀ ਸਮਝਾ ਕੇ ਹੋਏਗਾ। ਦੇਖੋ ਸਾਡਾ ਪਰਿਵਾਰ ਬੈਠਾ ਹੋ, ਸਾਡੇ ਅੰਨਦਾਤਾ ਨੇ ਪੰਜਾਬ ਦੀ ਉਹ ਰੂਹ ਨੇ ਜਿਹੜੇ ਬੈਠੇ ਨੇ ਬਾਰਡਰ 'ਤੇ, ਇਸ ਕਰਕੇ ਆ ਇਲੈਕਸ਼ਨਾਂ ਤੋਂ ਬਾਅਦ ਅਸੀਂ ਟੋਟਲ ਉਹਨਾਂ ਦੇ ਨਾਲ ਖੜ੍ਹੇ ਹਾਂ, ਉਹਨਾਂ ਦੇ ਸਹਿਯੋਗ 'ਚ ਖੜ੍ਹੇ ਹਾਂ, ਜਿੱਥੇ ਵੀ ਉਹਨਾਂ ਨੂੰ ਤੱਤੀ ਨਾ ਅਸੀਂ ਵਾਹ ਲੱਗਣ ਦੇਣੀ ਆ, ਅਸੀਂ ਪੂਰੇ ਬਰਾਬਰ ਮੂਹਰੇ ਖੜ੍ਹ ਕੇ ਪਹਾੜ ਬਣ ਕੇ ਉਹਨਾਂ ਦੀ ਹਰ ਇਮਦਾਦ ਕਰਾਂਗੇ। ਕੁਲਵੰਤ ਇਹ ਇਕੱਲਾ ਹੀ MP ਨਹੀਂ ਹੈ, ਸਾਰੇ ਦੇ ਸਾਰੇ MLA ਸਾਡੇ MP ਆ, 9 ਦੇ 9 ਹੀ MP ਬਣ ਜਾਣੇ ਜੀ, ਤੁਸੀਂ ਦੇਖੀ ਚੱਲੋ। ਬਸ ਪਰਮਾਤਮਾ ਆਪਣੇ ਦੁਆ ਕਰੋ ਸਾਡਾ ਭਰਾ ਜਿੱਤ ਕੇ ਸੰਸਦ 'ਚ ਜਾਵੇ। ਥੈਂਕ ਯੂ। ਰੈਲੀ ਦਾ ਰੂਪ ਧਾਰਨ ਕਰ ਲਿਆ ਇੰਨਾ ਜ਼ਬਰਦਸਤ ਰਾਸ਼ਟਰ ਔਰ ਲੁਧਿਆਣੇ ਦੀ ਸੰਗਤ ਦਾ, ਕੀ ਕਹਿਣਾ ਚਾਹੋ? ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਵਰਕਰਾਂ ਨੂੰ, ਵਲੰਟੀਅਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਸਾਡੀ ਮੁਹਿੰਮ ਚੱਲਣ ਤੋਂ ਕਾਫੀ ਦਿਨ ਹੋ ਗਏ ਔਰ ਸਾਡੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਜਿਹੜੇ ਉਚੇਚੇ ਤੌਰ 'ਤੇ ਲੁਧਿਆਣੇ 'ਚ ਸਾਡੇ ਸ਼ੋਕ ਪ੍ਰਸ਼ਨ ਪੱਪੀ ਦੀ ਜੋ ਕੰਪੇਨ ਨੂੰ ਉਹਨੂੰ ਸਟਾਰਟ ਕਰਕੇ ਗਏ ਸੀ, ਉਸ ਦਾ ਬਹੁਤ ਵੱਡਾ ਜਾਂ ਵਧੀਆ ਹੁੰਗਾਰਾ ਮਿਲਿਆ। ਔਰ ਖਾਸ ਤੌਰ 'ਤੇ ਅੱਜ ਅਸੀਂ
ਜਿਹੜਾ ਮੇਨ ਨੌ ਕੰਸਟੀਚੁਐਂਸੀ ਉਹਦੇ ਇੱਕ ਹੈੱਡ ਆਫਿਸ ਖੋਲ੍ਹਿਆ ਲੁਧਿਆਣਾ ਫਿਰੋਜ਼ਪੁਰ ਰੋਡ 'ਤੇ, ਉਸਦੀ ਅੱਜ ਖੁੱਲ੍ਹ ਕੇ ਆਪਣਾ ਬਾਬੇ ਦਾ ਆਸ਼ੀਰਵਾਦ ਲਿਆ। ਔਰ ਆਸ ਹੈ ਕਿ 1 ਜੂਨ ਨੂੰ ਜੋ ਲੋਕਾਂ ਦੇ ਮਨ ਦੇ ਵਿੱਚ ਡਿਵੈਲਪਮੈਂਟ ਦੇ ਨਾਮ ਦੀ ਵੋਟ ਹੈ, ਉਹ ਇੱਕ ਇੱਕ ਵੋਟ ਜਿਹੜੀ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਜਿੱਤੂ ਹੋਏਗਾ। ਔਰ ਆਸ ਹੈ ਕਿ ਲੋਕ ਡਿਵੈਲਪਮੈਂਟ ਨੂੰ ਪਸੰਦ ਕਰਦੇ ਨੇ, ਔਰ 2 ਸਾਲ ਪਹਿਲੇ ਜੋ ਲੋਕਾਂ ਨੂੰ ਅਸੀਂ ਕਹਿ ਕੇ ਆਏ ਸੀ ਕਿ ਡਿਵੈਲਪਮੈਂਟ ਦੇ ਨਾਮ ਨੂੰ ਵੋਟ ਮੰਗਾਂਗੇ, ਅੱਜ 9 ਦੇ ਹਲਕਿਆਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਹੈ ਉਸ ਨਾਮ ਨੂੰ ਵੋਟ ਪੈਣੀ ਹੈ। ਔਰ ਆਸ ਹੈ ਕਿ ਆਪਾਂ ਰਲ ਮਿਲ ਕੇ ਇਸ ਤਰ੍ਹਾਂ ਹੀ ਜਿਹੜੇ 1 ਜੂਨ ਤੱਕ ਸਾਰੇ ਹੀ ਘਰ ਘਰ ਜਾ ਕੇ ਲੋਕਾਂ ਨੂੰ ਅਪੀਲ ਵੀ ਕਰਾਂਗੇ, ਔਰ ਸਾਡੇ ਜਿੰਨੇ ਵੀ ਸਾਡੇ ਵਲੰਟੀਅਰ ਨੇ ਉਹ ਡੋਰ ਟੂ ਡੋਰ ਵੀ ਕਰ ਰਹੇ ਨੇ, ਉਹਦਾ ਰਿਜ਼ਲਟ ਬਹੁਤ ਸ਼ਾਨਦਾਰ ਆਏਗਾ। ਥੈਂਕ ਯੂ।